विदेश की धरती से पंजाबी मां बोली का ना उच्चा करन वाली उगी शायरा जीत सुरजीत बेल्जियम का विशेष सम्मान औरत दिवस नूं समर्पित समागम दौरान सहसभा ते प्रेस क्लब सुल्तानपुर लोधी विखे किया गया। गुरु नानक देव प्रेस क्लब विखे करवाए समागम नूं संबोधन करदिया मार्केट कमेटी के चेयरमैन परविंदर सिंह पप्पा ने कहा कि औरत नूं गुरुआं पीरां ने वड्डा सन्मान दिता है। साडा भी सारिआं दा फर्ज बनदा है कि जग जननी औरत दा दिलों सत्कार ते सन्मान किया जाए। उन्होंने कहा कि सानूं माण है कि साडे हल्के दी जंपल जीत सुरजीत बेल्जियम दे विदेश जाके पंजाबी मां बोली दा सिर उच्चा किया। इस मौके साहित सभा दे सकत्तर ते उगे शायर मुख्तियार सिंह चंदी ने अपने संबोधन विच कहा कि शायरा जीत सुरजीत बेल्जियम वालों पंजाबी साहित विच वड्डा योगदान पाया गया। इस मौके जीत सुरजीत बेल्जियम ने साहित सभा वालों मिले सन्मान ते सुनेह लई विशेष धन्नवाद भी किया। बहुत चंगा लग रहा है अपनी मां बोली नाल जुड़े रहना ते मैं चाहनी हां कि सानू पंजाबी वालों जिन्ना भी उद्यम उपराला कर सकदे आ ओह करना भी चाहीदा आ। जी मैं 20 साल तो बेल्जियम की धरती दे मेरा रहन बसेरा है अपने परिवार नाल 20 साल तो 2001 तो मैं गई। ਇਹ ਤੇ ਕਿੰਨੀਆਂ ਕਿਤਾਬਾਂ ਤੇ ਕਿੰਨੇ ਤੁਸੀਂ ਆਪਣੀਆਂ ਟੋਟਲ ਲਿਖੀ ਹੋ? ਨਾਰਮਲੀ ਮੇਰੀ ਪਹਿਲੀ ਕਿਤਾਬ ਹੀ ਕਾਗਜ਼ੀ ਕਰਦਾਰ ਨਾਂ ਦੀ ਹੀ ਕਿਤਾਬ ਹੁਣ ਪ੍ਰਕਾਸ਼ਿਤ ਹੋਈ ਆ। ਵੈਸੇ ਟਾਈਮ ਟਾਈਮ ਤੇ ਜਿਵੇਂ ਪ੍ਰੀਤ ਲੜੀ ਮੈਗਜ਼ੀਨ ਵਿੱਚ ਵੀ ਮੇਰੀਆਂ ਕਾਫੀ ਟਾਈਮਸ ਲੱਗ ਚੁੱਕੀਆਂ ਆ। ਫਿਰ ਕਿਸਾਨੀ ਭਾਰਤ ਬੁੱਕ ਆਈ ਸੀ ਉਹਦੇ ਵਿੱਚ ਵੀ ਕਾਵਿਕ ਵੰਗਾਂ ਵਿੱਚ ਵੀ ਇਸ ਤਰ੍ਹਾਂ ਕਾਫੀ ਸਾਰੀਆਂ ਬੁੱਕਸ ਵਿੱਚ ਜਿਨ੍ਹਾਂ ਦਾ ਮੈਨੂੰ ਨੌਲੇਜ ਖੁਦ ਨੂੰ ਵੀ ਨਹੀਂ ਆ ਕਿ ਮੇਰੀਆਂ ਲੱਗਦੀਆਂ ਰਹੀਆਂ ਹੈ ਇਹ ਹੁਣ ਨਿੱਜੀ ਕਿਤਾਬ ਮੇਰੀ ਇਹ ਪਹਿਲੀ ਸੀ। ਮੈਂ ਵਿਦੇਸ਼ਾਂ 'ਚ ਰਹਿ ਰਹੇ ਪੰਜਾਬੀਆਂ ਨੂੰ ਨੋਰਮਲ ਤੇ ਆਪਣੇ ਆਪਣੇ ਬੇਸ ਤੇ ਸਾਰੇ ਪੰਜਾਬੀ ਬਹੁਤ ਵਧੀਆ ਕਰ ਰਹੇ ਆ ਜੁੜੇ ਹੋਏ ਆ ਮਾਂ ਬੋਲੀ ਨਾਲ। ਕਾਫੀ ਚੰਗੇ ਸਾਹਿਤਕਾਰ ਵਿਦੇਸ਼ਾਂ ਵਿੱਚ ਵੀ ਮੌਜੂਦ ਹੈਗੇ ਆ ਤੇ ਇਹੀ ਕਹਿਣਾ ਚਾਹਾਂਗੀ ਕਿ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਵੀ ਆਪਣੀ ਪੰਜਾਬੀ ਮਾਂ ਬੋਲੀ ਨਾਲ ਜੋੜੀਏ ਜਿੰਨਾ ਵੀ ਹੋ ਸਕਦੇ ਆ ਸਰਦਾ ਮਨ ਦਾ ਆਪਣਾ ਯੋਗਦਾਨ ਪਾਉਂਦੇ ਰਹੀਏ ਤੇ ਪਾਉਂਦੇ ਰਹਿਣਾ ਚਾਹੀਦਾ ਹੈ। ਅੱਜ ਔਰਤ ਦਿਵਸ ਦੇ ਮੌਕੇ ਉੱਤੇ ਤੁਸੀਂ ਔਰਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਦੇਸ਼ ਭਰ ਦੀਆਂ ਔਰਤਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਕਦੇ ਵੀ ਆਪਣੇ ਸੰਜਮ ਨੂੰ ਨਾ ਖੋਵੋ। ਮੁਸ਼ਕਲਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ, ਠੀਕ ਹੈ, ਔਰਤ ਹੁੰਦਿਆਂ ਸਾਨੂੰ ਕਈ ਕੜੀਆਂ ਮੁਸ਼ਕਲਾਂ ਵਿੱਚੋਂ ਨਿਕਲਣਾ ਪੈਂਦਾ ਤੇ ਬਸ ਇਸੇ ਤਰ੍ਹਾਂ ਹੀ ਆਪਣੀ ਪਹਿਚਾਣ ਨੂੰ ਬਣਾਉਣ ਦੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕਰਦੇ ਰਹੋ। ਅਸੀਂ ਮਜ਼ਲੂਮ ਨਹੀਂ ਹਾਂ, ਕਮਜ਼ੋਰ ਨਹੀਂ ਹਾਂ, ਅਸੀਂ ਆਪਣੀ ਪਛਾਣ ਵੱਖਰੀ ਬਣਾ ਸਕਦੇ ਹਾਂ ਅਤੇ ਇਸ ਮਰਦ ਪ੍ਰਧਾਨ ਸਮਾਜ ਨੂੰ ਬਹੁਤ ਵਧੀਆ ਤਰ੍ਹਾਂ ਇਹਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਸਕਦੇ ਹਾਂ। ਸੁਲਤਾਨਪੁਰ ਲੋਧੀ ਤੋਂ BS ਲਾਡੀ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।